ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਵਿੰਦਰ ਬਿੱਟੀ ਔਰ ਡੇਲੀ ਡੋਜ਼ ਵੇਖ ਰਹੇ ਸਮੂਹ ਪੰਜਾਬੀਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਅੱਜ ਤੁਹਾਡਾ ਵੈਲਕਮ ਕਰਦੀ ਹਾਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੁਹਾਡੀ ਜਿਹੜੀ ਮੇਜ਼ਬਾਨ ਹੈ ਉਹ ਪ੍ਰੀਤ ਕਿੱਥੇ ਹੈ, ਸੋ ਦੱਸ ਹੀ ਦਿੰਦੀ ਹਾਂ, ਉਹ ਵੀ ਮੇਰੇ ਨਾਲ ਨੇ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਕੀ ਹਾਲ ਚਾਲ ਜੀ, ਠੀਕ ਠਾਕ ਹੋ ਸਾਰੇ? ਪਹਿਲਾਂ ਤਾਂ ਮੈਮ ਵੈਲਕਮ ਹੈ ਜੀ, ਸੋ ਅੱਜ ਤੁਸੀਂ ਮੇਰੀ ਕੁਰਸੀ ਸੰਭਾਲ ਲਈ। ਸੋ ਬਿਲਕੁਲ ਜੀ, ਮੈਂ ਕਿਹਾ ਸੀਗਾ ਨਾ ਵੀ ਤੀਆਂ ਹੈਗੀਆਂ ਨੇ, ਤੀਆਂ 'ਤੇ ਆਪਾਂ ਕੁਛ ਸਪੈਸ਼ਲ ਕਰਾਂਗੇ, ਸਰਪ੍ਰਾਈਜ਼ ਹੋਏਗਾ, ਅਤੇ ਸਰਪ੍ਰਾਈਜ਼ ਸਾਡੇ ਨਾਲ ਨੇ ਜੀ ਮੈਮ ਸਤਵਿੰਦਰ ਬਿੱਟੀ ਜੀ, ਜਿਹਨਾਂ ਨੂੰ ਅਸੀਂ ਬਹੁਤ ਹੀ ਹੁਣ ਅੱਜ ਕੱਲ੍ਹ ਇਹ ਘੱਟ ਹੀ ਆਉਂਦੇ ਨੇ, ਵੈਸੇ ਬੜੀ ਮੁਸ਼ਕਲ ਦੇ ਨਾਲ ਤੁਹਾਡਾ ਟਾਈਮ ਮਿਲਿਆ ਸਾਨੂੰ। ਸੋ ਤੁਹਾਨੂੰ ਵੀ ਮੈਮ ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਔਰ ਮੈਂ ਸਮੂਹ ਪੰਜਾਬਣਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੇ ਦਿਨ ਨੇ ਸਾਰੀਆਂ ਪੰਜਾਬਣਾਂ, ਹੁਣੇ ਮਹਿੰਦੀ ਲਾ ਕੇ ਤੀਜ਼ ਲੰਘੀ ਹੈ ਅਤੇ ਸਾਰੀਆਂ ਸੋਹਣੇ ਸੋਹਣੇ ਬਣ ਕੇ ਫੰਕਸ਼ਨਸ ਸਾਰੇ ਵਰਲਡ 'ਚ ਹੋ ਰਹੇ ਨੇ ਤੀਆਂ ਦੇ, ਉਹ ਬਹੁਤ ਬਹੁਤ ਮੁਬਾਰਕਾਂ। ਔਰ ਇਸੇ ਤਰ੍ਹਾਂ ਤੁਸੀਂ ਖੁਸ਼ ਰਹੋ ਔਰ ਤੀਆਂ ਮਨਾਉਂਦੇ ਰਹੋ, ਆਪਣੇ ਕਲਚਰ ਨੂੰ ਆਪਾਂ ਜਿਉਂਦਾ ਰੱਖਦੇ ਰਹੀਏ। ਬਿਲਕੁਲ ਜੀ, ਸੋ ਤੀਆਂ ਹੁਣੇ ਹੁਣੇ ਲੰਘੀਆਂ ਨੇ, ਸੋ ਆਪਾਂ ਅੱਜ ਜਿਹੜਾ ਹੈਗਾ ਹੈ ਸੈਲੀਬ੍ਰੇਟ ਕਰ ਰਹੇ ਹੋ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਆਈ ਹੋਪ ਕਿ ਕਿਉਂਕਿ ਸਾਡੇ, ਮੈਂ ਦੇਖਿਆ ਹੈਗਾ ਕਿਉਂਕਿ ਬਹੁਤ ਸਾਰੇ ਕਾਲਰ ਸਾਡੇ ਬਹੁਤ ਟਾਈਮ ਦੇ ਜੁੜੇ ਹੋਏ ਨੇ ਸਾਡੇ ਇਸ ਸ਼ੋਅ ਦੇ ਵਿੱਚ ਨਾ ਵੀ, ਅਤੇ ਸਭ ਮੈਂ ਦੇਖਦੀ ਹੈਗੀ ਹਾਂ ਕਿ ਆਪਣੇ ਪੰਜਾਬ ਨਾਲੋਂ ਵੀ ਜ਼ਿਆਦਾ ਉਹਨਾਂ ਨੇ ਉੱਥੇ ਪੰਜਾਬੀ ਕਲਚਰ ਨੂੰ ਜਿਹੜਾ ਸਾਂਭ ਕੇ ਰੱਖਿਆ ਹੋਇਆ ਹੈ ਨਾ, ਤੁਸੀਂ ਵੀ ਜਾਣੇ ਰਹਿੰਦੇ ਹੋ, ਤੁਸੀਂ ਵੀ ਬਿਲਕੁਲ ਜੀ। ਮੈਂ ਆਪ ਮੰਨਦੀ ਹਾਂ ਕਿ ਇੱਥੇ ਪੰਜਾਬ 'ਚ ਹਲੇ ਲੱਗਦਾ ਨਹੀਂ ਹੁੰਦਾ, ਅਸੀਂ ਪੰਜਾਬ ਕਲਚਰ ਇੰਨਾ ਦਿਖਦਾ ਨਹੀਂ, ਬਟ ਜਦੋਂ ਅਸੀਂ ਕਿਸੇ ਵੀ ਮੁਲਕ 'ਚ ਜਾਂਦੇ ਹਾਂ ਤਾਂ ਸਾਡੇ ਜਿਹੜੇ ਪੰਜਾਬੀ ਲੋਕ ਬਾਹਰ ਵਸੇ ਨੇ, ਮਤਲਬ ਮਨ ਖੁਸ਼ ਹੋ ਜਾਂਦਾ ਹੈ ਕਿ ਉਹ ਆਪਣੇ ਕਲਚਰ ਨੂੰ, ਆਪਣੇ ਇਤਿਹਾਸ ਨੂੰ ਇੰਨਾ ਪਿਆਰ ਕਰਦੇ ਹੈ। ਬਿਲਕੁਲ ਜੀ, ਚਲੋ ਜਿੱਥੇ ਵੀ ਮਤਲਬ ਕਿ ਜਾਈਏ ਉੱਥੇ ਆਪਣੇ ਪੰਜਾਬ ਨੂੰ ਜਿਹੜਾ ਨਾਲ ਹਮੇਸ਼ਾ ਹੀ ਲੈ ਕੇ ਜਾਣਾ ਚਾਹੀਦਾ, ਆਪਣੇ ਕਲਚਰ ਨੂੰ ਬਿਲਕੁਲ ਨਹੀਂ ਸਾਨੂੰ ਭੁੱਲਣਾ ਚਾਹੀਦਾ। ਸੋ ਮੈਮ ਤੁਸੀਂ ਦੱਸੋ, ਤੀਆਂ ਹੈਗੀਆਂ, ਤੁਸੀਂ ਕਰਦੇ ਹੋ ਸੈਲੀਬ੍ਰੇਟ, ਮਨਾਈਆਂ ਤੀਆਂ ਕਦੇ? ਹਾਂਜੀ, ਹਮੇਸ਼ਾ ਛੋਟੇ ਹੁੰਦਿਆਂ ਤੋਂ ਮੰਮੀ ਹੋਰੀ ਪਿੰਡ ਜਾਂਦੇ ਸੀ, ਅਸੀਂ ਨਾਲ ਜਾਂਦੇ ਸੀ, ਉਦੋਂ ਪਿੱਪਲ ਤੇ ਪੀਂਘਾਂ ਪੈਂਦੀਆਂ ਸੀ, ਸੋ ਹੁਣ ਵੀ ਬਾਹਰ ਵੀ ਦੇਖੋ ਜਿਵੇਂ ਪਾਰਕਾਂ ਵਿੱਚ ਪੀਂਘਾਂ ਵੀ ਪਾ ਲੈਂਦੇ ਆ। ਸੋ ਮੈਂ ਤਾਂ ਛੋਟੇ ਹੁੰਦਿਆਂ ਤੋਂ ਕਲਚਰ ਸੀ ਆਪਣੀ ਲਾਈਫ ਬਹੁਤ ਜ਼ਿਆਦਾ, ਗਿੱਧੇ ਪਾਏ, ਪੀਂਘਾਂ ਦੇ ਗੀਤ ਗਾਏ, ਪੀਂਘਾਂ ਝੋਟੀਆਂ, ਮੇਰੀ ਪਹਿਲੀ ਐਲਬਮ ਵੀ ਆਈ ਸੀ ਗਿੱਧਾ ਪਾਓ ਕੁੜੀਓ ਜੀ, ਸੋ ਉਹਦੇ 'ਚ ਵੀ ਮੇਰਾ ਜਿਹੜੀ ਐਂਟਰੀ ਸੀ ਪੀਂਘ 'ਤੇ ਮੈਂ ਕੀਤੀ। ਸੋ ਬਹੁਤ ਹੀ ਨੇੜੇ ਤੋਂ ਮੇਰੀ ਜ਼ਿੰਦਗੀ ਜੁੜੀ ਰਹੀ ਹੈ ਨਾ ਗਿੱਧਿਆਂ ਨਾਲ, ਤੀਆਂ ਨਾਲ। ਬਿਲਕੁਲ ਜੀ, ਸ਼ੁਰੂ ਤੋਂ ਆਪਾਂ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਆਰਟਿਸਟ ਹੁੰਦੇ ਨੇ ਨਾ, ਉਹਨਾਂ 'ਤੇ ਵੀ ਬਹੁਤ ਡਿਪੈਂਡ ਹੁੰਦਾ ਹੈ ਕਿ ਇੱਕ ਕਲਚਰ ਨੂੰ ਅੱਗੇ ਲੈ ਕੇ, ਠੀਕ ਹੈ ਟਾਈਮ ਦੇ ਨਾਲ ਨਾਲ ਬਦਲਣਾ, ਪਰ ਨਾਲ ਦੀ ਨਾਲ ਆਪਣੇ ਕਲਚਰ ਨੂੰ ਅੱਗੇ ਲੈ ਕੇ ਜਾਣਾ, ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਹੀ ਜ਼ਰੂਰੀ ਹੁੰਦਾ। ਸੋ ਤੁਸੀਂ ਹਮੇਸ਼ਾ ਹੀ ਲੈ ਕੇ ਗਏ ਹੋ, ਤੁਹਾਨੂੰ ਸ਼ੁਰੂ ਤੋਂ ਆਪਾਂ ਸੁਣਦੇ ਆ ਰਹੇ ਹੈਗੇ ਆ, ਦੋ ਦਹਾਕੇ ਹੋ ਗਏ ਨੇ, ਬਹੁਤ ਹੀ ਲੰਬਾ ਪੀਰੀਅਡ ਹੈ। ਸੋ ਮੈਮ ਤੀਆਂ ਹੈਗੀਆਂ, ਗੱਲਾਂ ਬਾਤਾਂ ਆਪਾਂ ਅੱਗੇ ਵੀ ਕਰਾਂਗੇ, ਅਤੇ ਸੋ ਤੀਆਂ ਮੈਨੂੰ ਲੱਗਦਾ ਬੋਲੀਆਂ ਤੋਂ ਬਿਨਾਂ ਤਾਂ ਕੁਛ ਨਹੀਂ ਹੈਗੀ ਨਾ, ਸੋ ਸ਼ੁਰੂਆਤ ਆਪਾਂ ਬੋਲੀਆਂ ਤੋਂ ਕਰਾਂਗੇ ਅੱਜ, ਕੁਛ ਤੁਹਾਡੇ ਮੂੰਹੋਂ ਸੁਣਾਂਗੇ ਆਪਾਂ। ਅੱਛਾ ਜੀ, ਮੈਂ ਕਈ ਬੋਲੀਆਂ ਗਾਈਆਂ ਨੇ ਜਿਹੜੀਆਂ ਤੀਆਂ ਨਾਲ ਵੀ ਸੰਬੰਧਿਤ ਨੇ, ਅਤੇ ਉਹਦੇ 'ਚੋਂ ਇੱਕ ਮੈਂ ਤੁਹਾਡੀ ਨਜ਼ਰ ਕਰਦੀ ਹਾਂ। ਪਿੱਪਲੀ ਹੇਠ ਤਰਿੰਜਣਾ ਲੱਗੀਆਂ ਰੰਗਲੇ ਚਰਖੇ ਡਾਏ, ਬੈਠਣੀ ਆਈਆਂ ਸਭ ਮੁਟਿਆਰਾਂ ਹਾਰ ਸ਼ਿੰਗਾਰ ਲਗਾਏ, ਸਿਲਕ ਉਹਨਾਂ ਦੇ ਲਏ ਦੁਪੱਟੇ ਨੈਣੀ ਕੱਜਲ ਪਾਏ, ਨਾਗਾਂ ਵਾਲੀਆਂ ਪੀਂਘਾਂ ਝੂਟਣੇ ਅੰਬਰ ਨੂੰ ਹੱਥ ਲਾਏ, ਜੋਸ਼ ਜਵਾਨੀ ਦਾ ਹੁਣ ਨਾ ਠੱਲਿਆ ਜਾਵੇ, ਜੋਸ਼ ਜਵਾਨੀ ਦਾ ਹੁਣ ਨਾ ਠੱਲਿਆ ਜਾਏ, ਜੋਸ਼ ਜਵਾਨੀ ਦਾ। ਵਾਹ ਜੀ ਵਾਹ, ਬਹੁਤ ਖੂਬ ਰੰਗ ਤੁਸੀਂ ਪੂਰਾ ਬੰਨ ਦਿੱਤਾ ਹੈਗਾ ਅੱਜ ਸ਼ੋਅ ਦੇ ਵਿੱਚ ਸਾਡੇ। ਅੱਛਾ ਮੈਮ, ਪਹਿਲਾਂ ਵੀ ਮਤਲਬ ਕਿ ਹੁਣ ਸਭ ਕੋਲੋਂ ਇਹੀ ਸੁਣਨ ਨੂੰ ਮਿਲਦਾ ਹੈਗਾ ਕਿ ਮੈਮ ਹੁਣ, ਕਿਉਂਕਿ ਤੁਹਾਡਾ ਅਸੀਂ ਦੇਖਿਆ ਹੈਗਾ ਕਿ ਪਹਿਲਾਂ ਤੁਸੀਂ ਹਾਕੀ ਖੇਲੀ, ਫਿਰ ਤੁਸੀਂ ਸਿੰਗਰ ਬਣੇ ਹੈ ਨਾ, ਹੁਣ ਤੁਸੀਂ ਪੋਲੀਟਿਕਸ 'ਚ ਵੀ ਹੋਗੇ, ਸਾਰਾ ਕੁਛ ਕਰ ਲਿਆ ਹੈਗਾ। ਸੋ ਹੁਣ ਤੁਸੀਂ ਹੈ ਨਾ ਵੀ ਆਏ ਹੈ ਨਾ ਹੁਣ ਪੋਲੀਟਿਕਸ 'ਚੋਂ, ਪਰ ਫਿਰ ਸਭ ਨੂੰ ਲੱਗਦਾ ਕਿ ਹੁਣ ਬਿੱਟੀ ਮੈਮ ਕਿਤੇ ਗਾਇਕੀ ਉਹਨਾਂ ਨੇ ਛੱਡ ਤਾਂ ਨਹੀਂ ਦਿੱਤੀ? ਉਹ ਵੀ ਮੈਨੂੰ ਮਿਲਿਆ, ਇੰਨਾ ਪਿਆਰ ਮਿਲਿਆ, ਗਾਇਕੀ ਮਿਲਿਆ, ਸੋ ਇਹ ਤਾਂ ਮੇਰਾ ਪੈਸ਼ਨ ਹੈ, ਸੋ ਮੈਂ ਕਦੀ ਵੀ ਗਾਏ ਬਿਨਾਂ ਨਹੀਂ ਰਹਿ ਸਕਦੀ। ਪਲੀਜ਼ ਇਹ ਨਾ ਸੋਚਿਆ ਕਰੋ ਕਿ ਬਿੱਟੀ ਹੁਣ ਗਾਉਂਦੀ ਨਹੀਂ, ਜਿੱਥੇ ਵੀ ਮੈਨੂੰ ਮੌਕਾ ਮਿਲਦਾ ਹੈ, ਜਿੰਨਾ ਵੀ ਕੋਈ ਨਵੇਂ ਗੀਤ ਬਣਾਉਣ ਦਾ ਮੌਕਾ ਮਿਲਦਾ, ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਜੁੜੇ ਰਹਿਣਾ ਚਾਹੁੰਦੀ ਹਾਂ ਜੀ। ਬਿਲਕੁਲ, ਸੋ ਇਹ ਕਦੇ ਵੀ ਨਹੀਂ ਹੋਇਆ, ਔਰ ਮੈਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਮੈਂ ਮਿਊਜ਼ਿਕ ਤੋਂ ਬਿਨਾਂ ਅਧੂਰਾ ਹੈ, ਜੋ ਵੀ ਮਿਲਿਆ ਮਤਲਬ ਸਾਰੀ ਜ਼ਿੰਦਗੀ 'ਚ ਮੈਨੂੰ, ਮੈਂ ਇਹਦੇ 'ਤੇ ਡਿਪੈਂਡ ਹਾਂ ਜੀ ਮਿਊਜ਼ਿਕ। ਬਿਲਕੁਲ, ਸੋ ਮਤਲਬ ਕਿ ਅਸੀਂ ਆਉਣ ਵਾਲੇ ਟਾਈਮ 'ਚ ਵੀ ਹੋਪ ਕਰ ਸਕਦੇ ਹਾਂ ਵੀ ਤੁਹਾਨੂੰ ਅੱਗੇ ਵੀ ਅਸੀਂ ਸੁਣਦੇ ਰਵਾਂਗੇ। ਸੋ ਕੋਸ਼ਿਸ਼ ਹੁੰਦੀ ਹੈ ਜੀ, ਕੁਛ ਨਾ ਕੁਛ ਤੁਸੀਂ ਐਸਾ ਕਰੋ ਜਿਹਦੇ ਨਾਲ ਤੁਹਾਡੇ ਲੋਕ
ਉਹਨਾਂ ਨੂੰ ਲੱਗੇ ਕਿ ਹਾਂ ਉਹਨਾਂ ਨੇ ਕੁਛ ਹੋਰ ਬਣਾਇਆ ਨਵਾਂ ਬਣਾਇਆ। ਬਿਲਕੁਲ ਜੀ ਬਿਲਕੁਲ। ਵੈਸੇ ਗੱਲ ਦੱਸੋ, ਜਿਵੇਂ ਕਿ ਤੁਸੀਂ ਪਹਿਲਾਂ ਹਾਕੀ ਖੇਡੀ, ਫਿਰ ਸਿੰਗਰ, ਹੁਣ ਪੋਲਿਟਿਕਸ, ਤਿੰਨ ਸਟੇਜ ਜਿਹੜੀਆਂ ਲਾਈਫ ਦੀਆਂ ਹੈ ਨਾ ਆਈਆਂ ਨੇ, ਸੋ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਟਫ ਕਿਹੜੀ ਲੱਗਦੀ ਹੈ ਤੁਹਾਨੂੰ? ਦੇਖੋ, ਜ਼ਿੰਦਗੀ ਆਪਣੇ ਆਪ 'ਚ ਇੱਕ ਸਟਰਗਲ ਹੈ ਜੋ ਮੈਂ ਸਮਝਦੀ ਹਾਂ। ਹਰ ਚੀਜ਼ ਜਦੋਂ ਜਿਸ ਵੇਲੇ ਵੀ ਤੁਸੀਂ ਜੋ ਕੰਮ ਕਰ ਰਹੇ ਹੋ, ਬਸ ਕੰਸਨਟ੍ਰੇਸ਼ਨ ਚਾਹੀਦੀ ਹੈ ਕਿ ਉਹਨੂੰ ਦਿਲ ਲਗਾ ਕੇ ਕੀਤਾ ਜਾਵੇ। ਸੋ ਸੌਖਾ ਤਾਂ ਲਾਈਫ 'ਚ ਕੁਛ ਵੀ ਨਹੀਂ ਹੁੰਦਾ ਜੀ, ਮੈਨੂੰ ਲੱਗਦਾ। ਆਪਾਂ ਜਦੋਂ ਪੜ੍ਹਦੇ ਸੀ ਉਦੋਂ ਪੜ੍ਹਾਈ ਔਖੀ ਲੱਗਦੀ ਸੀ, ਅਤੇ ਉਸ ਤੋਂ ਬਾਅਦ ਚਾਹੇ ਮੇਰੀ ਜ਼ਿੰਦਗੀ 'ਚ ਹੌਕੀ ਆਈ, ਉਦੋਂ ਲੱਗਦਾ ਸੀ ਵੀ ਅੱਜ ਦਾ ਮੈਚ ਕਿਵੇਂ ਜਿੱਤਣਾ ਸੀ, ਹੈ ਨਾ। ਸੋ ਫਿਰ ਸਟੇਜ ਜਦੋਂ ਮੈਂ ਕੀਤੀ ਹੈ ਤਾਂ ਬਹੁਤ ਸਟੇਜ ਦਾ ਵੀ ਇੱਕ ਕਾਫੀ ਜਿਵੇਂ ਤਜਰਬਾ ਹੌਲੀ ਹੌਲੀ ਤੁਹਾਨੂੰ ਹੋਇਆ। ਸਟੇਜ ਵੀ ਬੜੀ ਮੁਸ਼ਕਲ ਹੈ, ਸੋ ਇਹ ਤਾਂ ਹੁਣ ਸਭ ਤੋਂ ਔਖਾ ਜਿਹੜਾ ਪੋਲੀਟੀਕਲੀ। ਬਾਕੀ ਮੈਂ ਰਾਜੇ ਸਮਝਦੀ ਹਾਂ ਕਿ ਇੱਕ ਡੈਸਟਨੀ ਹੁੰਦੀ ਹੈ ਹਰ ਇਨਸਾਨ ਦੀ। ਸੋ ਕਿਸਮਤ ਆਪਾਂ ਸਾਰੇ ਲਿਖਾ ਕੇ ਲਿਆਉਂਦੇ ਹਾਂ, ਅਤੇ ਕੋਈ ਇਨਸਾਨ ਦੇ ਬਸ ਕੁਛ ਨਹੀਂ ਹੁੰਦਾ ਕਿ ਆਪਾਂ ਤਾਂ ਬੜਾ ਕੁਛ ਸੋਚਦੇ ਹਾਂ, ਅਤੇ ਕਈ ਵਾਰੀ ਹਾਲਾਤ ਐਸੇ ਬਣਦੇ ਆ, ਕੁਦਰਤ ਨੇ ਜੋ ਤੁਹਾਡੇ ਤੋਂ ਕਰਾਉਣਾ ਉਹ ਕਰਾ ਕੇ ਲੈਣਾ। ਬਿਲਕੁਲ ਬਿਲਕੁਲ। ਅੱਛਾ, ਸਭ ਤੋਂ ਜ਼ਿਆਦਾ ਮਜ਼ਾ ਕਿਹਦੇ ਵਿੱਚ ਆਇਆ? ਨਹੀਂ, ਮੈਂ ਹਰ ਚੀਜ਼ ਨੂੰ ਮਤਲਬ ਬੜਾ ਹੀ ਦਿਲ ਲਾ ਕੇ, ਇੱਕ ਕੁਦਰਤ ਦੀ ਕਿਰਪਾ ਰਹੀ ਹੈ ਪਰਮਾਤਮਾ ਦੀ ਕਿ ਮੈਂ ਜੋ ਵੀ ਮੇਰੀ ਜ਼ਿੰਦਗੀ 'ਚ ਮੇਰੇ ਖਾਸ ਫੈਮਿਲੀ ਦੇ ਵਿੱਚੋਂ ਕਹਿ ਲਓ, ਪਹਿਲਾਂ ਮੇਰੇ ਫਾਦਰ ਸਰਦਾਰ ਗੁਰਨੈਬ ਸਿੰਘ ਜੀ ਖਹਿਰਾ, ਅਤੇ ਉਹਨਾਂ ਦਾ ਸਾਥ, ਉਹ ਮਿਊਜ਼ਿਕ ਨਾਲ ਬਹੁਤ ਅਟੈਚ ਸੀਗੇ, ਅਤੇ ਮੈਂ ਉਹਨਾਂ ਨਾਲ ਰਹਿ ਰਹਿ ਕੇ ਮੈਨੂੰ ਲੱਗਦਾ ਸੀ ਮੇਰੇ ਅੰਦਰ ਮਿਊਜ਼ਿਕ, ਔਰ ਜੋ ਵੀ ਉਹਨਾਂ ਨੇ ਕਹਿਣਾ ਚੱਲ ਪੁੱਤ ਆ ਆਪਾਂ ਤੈਨੂੰ ਮੈਂ ਸਿਖਾਵਾਂ ਤਾਂ ਮੈਂ ਸਿੱਖਣਾ। ਅਤੇ ਇਸੇ ਤਰ੍ਹਾਂ ਮਤਲਬ ਮੈਨੂੰ, ਮੈਂ ਵਾਕਈ ਇੱਕ ਅੱਛੀ ਮੈਂ ਸਟੂਡੈਂਟ ਮੈਂ ਵੀ ਸਮਝਦੀ ਆਪਣੇ ਆਪ ਨੂੰ ਕਿ ਮੈਂ ਜਿਹੜਾ ਵੀ ਇਨਸਾਨ ਜਿਹਨੇ ਚਾਹਿਆ ਕਿ ਬੇਟੀ ਮੈਂ ਤੂੰ ਇਹ ਕਰ ਸਕਦੀ ਹਾਂ, ਦਿਲ ਲਾ ਕੇ ਕੀਤਾ ਔਰ ਕੁਛ ਵੀ ਮੁਸ਼ਕਲ ਨਹੀਂ ਲੱਗਿਆ। ਮਤਲਬ ਕੁਛ ਵੀ ਮੁਸ਼ਕਲ ਨਹੀਂ ਲੱਗਦਾ, ਇਹ ਪਰਮਾਤਮਾ ਦੀ ਵੀ ਕਿਰਪਾ ਹੈ। ਸੋ ਖਾਸ ਤੌਰ 'ਤੇ ਮੈਨੂੰ, ਮੇਰੇ ਕੇਸ 'ਚ ਮੈਂ ਧਾਰਮਿਕ ਪੱਖ ਨਾਲ ਬਹੁਤ ਜੁੜੀ ਰਹੀ ਹਾਂ। ਸੋ ਸਿੱਖ ਇਤਿਹਾਸ ਮੈਂ ਬੜਾ ਪੜ੍ਹਿਆ ਵੀ ਔਰ ਉਸਨੂੰ ਗਾ ਕੇ ਲੋਕਾਂ ਨੂੰ ਉਹਦੇ 'ਚ ਮਤਲਬ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਕੀ ਸਾਡਾ ਇਤਿਹਾਸ ਹੈ। ਸੋ ਉਹ ਇੱਕ ਐਸੀ ਪਾਵਰ ਅੰਦਰ ਤੁਹਾਡੇ ਆ ਜਾਂਦੀ ਹੈ ਜਦੋਂ ਤੁਸੀਂ, ਮੈਂ ਕਹਿੰਦੀ ਹਾਂ ਵਾਹਿਗੁਰੂ ਵੀ ਬੰਦਾ ਕਹਿ ਕੇ ਘਰੋਂ ਨਿਕਲਦਾ, ਕਿੰਨੀ ਪਾਵਰ ਹੈ, ਕਿੰਨੀ ਪਾਵਰ ਹੈ ਨਾ ਜੀ। ਅਤੇ ਜਦੋਂ ਤੁਸੀਂ ਇਤਿਹਾਸ ਨੂੰ ਮੁੜ ਮੁੜ ਕੇ ਗਾਉਣਾ, ਯਾਦ ਕਰਨਾ, ਫਿਰ ਡਰ ਕਿੱਥੇ, ਡਰ ਕਿੱਥੇ, ਫਿਰ ਤਾਂ ਮਤਲਬ ਤੁਹਾਡੇ ਨਾਲ ਖੁਦ ਪਰਮਾਤਮਾ ਹੁੰਦੇ ਆ, ਕੋਈ ਡਰ ਡੁਰ ਨਹੀਂ ਹੁੰਦਾ ਜੀ। ਬਿਲਕੁਲ, ਜਦੋਂ ਪਰਮਾਤਮਾ ਦੇ ਨਾਲ ਆਪਾਂ ਜੁੜੇ ਰਹਿੰਦੇ। ਅੱਛਾ, ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਵੀ ਤੁਸੀਂ ਮਿਊਜ਼ੀਕਲ ਫੈਮਿਲੀ 'ਚੋਂ, ਇਹ ਵੈਸੇ ਵੀ ਆਪਾਂ ਦੇਖਦੇ ਹੈਗੇ ਕਿ ਹਰ ਪੇਰੈਂਟਸ ਦੇ ਕੁਛ ਖੁਆਬ ਹੁੰਦੇ ਨੇ ਹੈ ਨਾ, ਬੱਚਿਆਂ ਨੂੰ ਲੈ ਕੇ ਕੋਈ ਡ੍ਰੀਮ ਹੁੰਦਾ, ਤੁਹਾਨੂੰ ਕਦੀ ਲੱਗਾ ਕਿ ਤੁਸੀਂ ਹਾਂ ਆਪਣੇ, ਕਿਉਂਕਿ ਪੇਰੈਂਟਸ ਬਹੁਤ ਕੁਛ ਕਰਦੇ ਨੇ ਬੱਚਿਆਂ ਵਾਸਤੇ, ਤੁਹਾਨੂੰ ਲੱਗਾ ਕਿ ਕਦੀ ਤੁਸੀਂ ਆਪਣੇ ਪੇਰੈਂਟਸ ਵਾਸਤੇ ਕੁਛ ਕੀਤਾ, ਉਹਨਾਂ ਦਾ ਕੋਈ ਸੁਪਨਾ ਪੂਰਾ ਕੀਤਾ? ਹਾਂਜੀ, ਮੈਨੂੰ ਇਹੀ ਲੱਗਦਾ ਕਿ ਹਰ ਧੀ ਨੂੰ ਹਰ ਫਾਦਰ ਮਤਲਬ ਬਹੁਤ ਪਿਆਰ ਨਾਲ ਪਾਲਦੇ ਹੈ ਜੀ। ਬਿਲਕੁਲ। ਤੇ ਮੇਰੇ ਪਾਪਾ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਔਰ ਇਸ ਕਾਬਲ ਕੀਤਾ ਕਿ ਮੈਂ ਕੁਛ ਕਰਨ ਜੋਗੀ ਹੋਈ। ਔਰ ਮੈਨੂੰ ਯਾਦ ਹੈ ਕਿ ਧੰਨ ਤੇਰੀ ਸਿੱਖੀ ਸਾਡੀ ਇੱਕ ਐਲਬਮ ਬਹੁਤ ਜ਼ਿਆਦਾ ਮਕਬੂਲ ਹੋਈ ਔਰ ਪਰਮਾਤਮਾ ਦੀ ਕਿਰਪਾ ਨਾਲ ਘਰ ਘਰ 'ਚੋਂ ਐਲਬਮ ਲੋਕਾਂ ਨੇ ਪਿਆਰ ਦਿੱਤਾ। ਬਿਲਕੁਲ। ਔਰ ਜਦੋਂ ਇਹ ਐਲਬਮ ਬਣੀ ਤਾਂ ਪਹਿਲਾਂ ਪਹਿਲਾਂ ਲੱਗ ਰਿਹਾ ਸੀਗਾ, ਮੈਂ ਆਪਣੇ ਫਾਦਰ ਨੂੰ ਕਿਹਾ, ਮੈਂ ਕਿਹਾ ਡੈਡੀ ਮੈਨੂੰ ਲੱਗਦਾ ਵੀ ਮੇਰਾ ਤਾਂ ਕੋਈ ਐਲਬਮ ਨਹੀਂ ਚੱਲਣੀ, ਆਹ ਵੀ ਨਹੀਂ ਚੱਲਣੀ, ਵੀ ਮੇਰਾ ਨਹੀਂ ਜੀ ਕਰਦਾ ਗਾਉਣ ਨੂੰ। ਮੈਂ ਥੋੜ੍ਹਾ ਡਿਪਰੈਸ ਹੋ ਗਈ ਸੀ ਕਿ ਮੇਰੇ ਗੀਤ ਚੱਲਦੇ ਕਿਉਂ ਨਹੀਂ। ਸਟਾਰਟਿੰਗ ਦੇ ਵਿੱਚ ਥੋੜ੍ਹਾ, ਹਾਂਜੀ ਹਾਂਜੀ, ਪਰ ਮੇਰੇ ਫਾਦਰ ਨੇ ਕਿਹਾ ਕੋਈ ਗੱਲ ਨਹੀਂ, ਸ਼ਾਇਦ ਪੁੱਤ ਤੇਰੀ ਧਾਰਮਿਕ ਚੱਲ ਜਾਏ। ਅੱਛਾ। ਅਤੇ ਉਹਨਾਂ ਦੀ ਸ਼ਾਇਦ ਮੂੰਹੋਂ ਇਹ ਗੱਲ ਨਿਕਲੀ ਸੀਗੀ, ਕੋਈ ਐਸੀ ਉਹ ਇੱਕ ਮਤਲਬ ਕ੍ਰਿਸ਼ਮਾ ਹੋਇਆ ਕਿ ਬਹੁਤ ਜ਼ਿਆਦਾ ਮਕਬੂਲ ਹੋਣ ਤੋਂ ਬਾਅਦ ਮੈਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਲੋਕਾਂ ਦਾ। ਔਰ ਮੈਂ ਆਪਣੇ ਫਾਦਰ ਨੂੰ, ਮੈਨੂੰ ਅਸੀਂ ਲੋਹੜੀ ਸੀਗੀ ਜੀ, ਅਤੇ ਮੈਨੂੰ, ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਦੇਖੋ ਆਪਣੀ ਐਲਬਮ ਹਿੱਟ ਹੋ ਗਈ, ਕਹਿੰਦੇ ਪੁੱਤ ਤੂੰ ਮੇਰਾ ਸੁਪਨਾ ਪੂਰਾ ਕਰਤਾ। ਸੋ ਕਿਉਂਕਿ ਉਹ ਧਾਰਮਿਕ ਪੱਖ ਉਹਨਾਂ ਤੋਂ ਹੀ ਮੈਂ ਸਿੱਖਿਆ ਸੀ ਔਰ 12 ਗਾਉਣੀਆਂ ਉਹਨਾਂ ਤੋਂ ਸਿੱਖੀਆਂ, ਦੱਸੀ ਕਲਗੀ ਵਾਲਿਆ ਵੀ ਉਹੀ ਮੈਨੂੰ ਗਾ ਕੇ ਦੱਸਦੇ ਸੀ ਇਹ ਗਾਉਣਾ। ਈਵਨ ਉਹਨਾਂ ਦਾ ਲਿਖਿਆ ਇੱਕ ਸ਼ਬਦ ਆਪਣਾ ਸੀਗਾ ਜੀ, ਗੁਰਾਂ ਦੇ ਚਰਨੀ ਜੁੜੀ ਸੰਗਤ ਸਾਜਦੀ ਜੀ, ਉਹਨਾਂ ਦਾ ਹੀ ਲਿਖਿਆ ਸੀ। ਸੋ ਉਹ ਜਿਹੜਾ ਪਲ ਅੱਜ ਵੀ ਮੈਨੂੰ ਯਾਦ ਹੈ ਕਿ ਉਹਨਾਂ ਨੇ ਕਿਹਾ ਪੁੱਤ ਤੂੰ ਮੇਰਾ ਸੁਪਨਾ ਪੂਰਾ ਕੀਤਾ, ਔਰ ਧਾਰਮਿਕ ਇੱਕ ਵੱਡੀ ਹਿੱਟ ਅਸੀਂ ਕਰ ਪਾਏ ਕੁਛ ਆਪਣੀ ਜ਼ਿੰਦਗੀ 'ਚ। ਤੋ ਥੋੜੇ ਦਿਨਾਂ ਬਾਅਦ ਹੀ ਉਹ ਫਿਰ ਦੁਨੀਆਂ 'ਚ ਨਹੀਂ ਰਹੇ, ਉਹ ਅੱਜ ਵੀ ਮੈਨੂੰ ਯਾਦ ਨਹੀਂ। ਪਰ ਇਹ ਹੈ ਕਿ ਇੱਕ ਡ੍ਰੀਮ ਮੇਰੇ ਖਿਆਲ ਦੇ ਵਿੱਚ ਬੱਚਿਆਂ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰਨਾ, ਕਿਉਂਕਿ ਮਾਂ ਬਾਪ ਤਾਂ ਹਮੇਸ਼ਾ ਬੱਚਿਆਂ ਲਈ ਬਹੁਤ ਕੁਛ ਕਰਦੇ ਨੇ, ਪਰ ਬੱਚੇ ਮਾਂ ਬਾਪ ਲਈ। ਐਕਚੁਅਲੀ ਫਾਦਰ ਸਾਡੇ ਮੇਰੇ ਐਵੇਂ ਸੀ ਰਾਜੇ ਕਿ ਉਹਨਾਂ ਨੂੰ
ਸੀਗਾ ਕਿ ਬੱਚੀ 'ਚ ਇੰਨਾ ਕੋਨਫੀਡੈਂਸ ਹੋਣਾ ਚਾਹੀਦਾ ਇੱਕ ਬੇਟੀ 'ਚ, ਔਰ ਉਹ ਆਪਣੀ ਜ਼ਿੰਦਗੀ 'ਚ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਉਹਦੇ 'ਚ ਕੋਨਫੀਡੈਂਸ ਲੈਵਲ ਇੰਨਾ ਚਾਹੀਦਾ ਕਿ ਸ਼ਾਇਦ ਉਹਨਾਂ ਦੀ ਪਰਵਰਿਸ਼ ਐਵੇਂ ਸੀ ਕਿ ਤੁਸੀਂ ਕਹਿੰਦੇ ਵੀ ਡਰ, ਉਹ ਨੇੜੇ ਤੇੜੇ ਹੀ ਨਹੀਂ, ਉਹਨਾਂ ਨੇ ਇਸ ਤਰ੍ਹਾਂ ਦਾ ਮੈਨੂੰ ਮਾਹੌਲ ਦਿੱਤਾ, ਹੌਸਲਾ ਦਿੱਤਾ। ਬਿਲਕੁਲ, ਸੋ ਮੇਰੇ ਖਿਆਲ ਦੇ ਵਿੱਚ ਚਾਹੀਦਾ ਵੀ ਹੈਗਾ, ਕਿਉਂਕਿ ਅਸੀਂ ਅੱਜ ਕੱਲ੍ਹ ਦੇਖਦੇ ਹੈਗੇ ਕਿ ਕੁੜੀਆਂ ਦੇ ਨਾਲ ਆਪਾਂ ਦੂਜੇ ਪਾਸੇ ਬਲੇਮ ਕਰਦੇ ਹਾਂ ਵੀ ਬੜਾ ਗਲਤ ਹੋ ਰਿਹਾ ਹੈਗਾ, ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਫੈਮਿਲੀ 'ਚ ਹੀ ਕੁੜੀਆਂ ਨੂੰ ਪਹਿਲਾਂ ਹੀ ਇੱਦਾਂ ਦੀ ਐਜੂਕੇਸ਼ਨ ਪਹਿਲਾਂ ਹੀ ਮਤਲਬ ਨਾ ਮਨ 'ਚ ਬੈਠ ਵੀ ਜਾਂਦਾ ਹੈ ਵੀ ਬੜਾ ਟਫ ਹੈ, ਕੋਈ ਸੌਖਾ ਕੰਮ ਨਹੀਂ ਹੈ। ਬਿਲਕੁਲ ਬਿਲਕੁਲ, ਕਿਉਂਕਿ ਲੜਕੀਆਂ ਨੂੰ ਅੱਛਾ ਮਾਹੌਲ ਦੇਣਾ ਬਹੁਤ ਟਫ ਹੈ, ਮੈਂ ਸਮਝਦੀ ਹਾਂ, ਪਰ ਫਿਰ ਵੀ ਛੋਟੇ ਹੁੰਦਿਆਂ ਤੋਂ ਹੀ ਮਤਲਬ ਉਹਨਾਂ 'ਚ ਦਲੇਰੀ ਪੇਰੈਂਟਸ ਨੂੰ ਚਾਹੀਦੀ ਵੀ ਆ, ਔਰ ਹਰ ਪੇਰੈਂਟ ਮੈਨੂੰ ਲੱਗਦਾ ਆਪਣੇ ਵੱਲੋਂ ਬੈਸਟ ਹੀ ਕਰਦੇ ਹੈ। ਮੈਨੂੰ ਜੋ ਪਰਸਨਲੀ ਲੱਗਦਾ ਕਿ ਜੇ ਇਤਿਹਾਸ ਜਾਂ ਕੋਈ ਜੋਸ਼ੀਲਾ ਮਤਲਬ ਤੁਹਾਡੇ ਨਾਲ ਜੁੜੀ ਰਹਿੰਦਾ ਪੱਖ, ਤਾਂ ਉਹ ਇੱਕ ਦਲੇਰੀ ਤੁਹਾਡੇ 'ਚ ਆ ਜਾਂਦੀ ਹੈ ਜਿਹੜੀ ਕਿ ਫਿਰ ਬਿਲਕੁਲ ਅੱਗੇ ਲੈ ਕੇ ਜਾਂਦੀ ਹੈ। ਸੋ ਮੈਮ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਕਾਲਰਸ ਵੀ ਬਹੁਤ ਨੇ, ਗਾਣੇ ਵੀ ਬੜੇ ਸੁਣਨੇ ਨੇ, ਪਰ ਬ੍ਰੇਕ ਲੈਣੀ ਪੈਣੀ ਹੈ ਸਾਨੂੰ। ਸੋ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਛੇਤੀ ਛੇਤੀ ਵਾਪਸ ਆਉਂਦੇ ਹਾਂ। ਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਡੋਸ ਦੇ ਵਿੱਚ, ਅਤੇ ਅੱਜ ਤੀਆਂ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ ਨੇ, ਅਤੇ ਮੇਰੇ ਨਾਲ ਨੇ ਸਤਵਿੰਦਰ ਬਿੱਟੀ ਮੈਮ ਜੀ। ਸੋ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ, ਬੜੇ ਗਾਣੇ ਵੀ ਸੁਣੇ ਜਾ ਰਹੇ ਨੇ, ਅਤੇ ਫਿਲਹਾਲ ਸਾਡੇ ਕਾਲਰਸ ਬੜਾ ਵੇਟ ਕਰ ਰਹੇ ਨੇ, ਹੈਨਾ, ਕਾਲਰ ਲੈ ਲੈਂਦੇ ਹਾਂ ਜੀ, ਅਤੇ ਉਹ ਵੇਟ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ, ਕਾਲਰ ਲੈਂਦੇ ਹਾਂ। ਹੈਲੋ, ਮੇਰੀਆਂ ਸਾਰੀਆਂ ਭੈਣਾਂ ਨੂੰ ਅਮੇਰਿਕਾ ਚ ਰਹਿ ਰਹੇ ਨੇ ਜਿਹੜੇ ਦੇਖ ਰਹੇ ਨੇ, ਬਹੁਤ ਬਹੁਤ ਮੁਬਾਰਕਾਂ ਜੀ ਤੀਆਂ ਦੀਆਂ। ਹਾਂਜੀ, ਗਿੱਧਾ ਪਾਓ ਕੁੜੀਓ, ਭੰਗੜਾ ਪਾਓ ਮੁੰਡਿਓ, ਹਾਂਜੀ ਠੀਕ ਹੈ ਜੀ। ਕਾਫੀ ਕੀਤੀਆਂ ਸੀ ਜੀ, ਬਿਲਕੁਲ ਜੀ, ਅੱਜ ਪੂਰੀਆਂ ਪੁਰਾਣੀਆਂ ਯਾਦਾਂ ਤੁਹਾਨੂੰ ਯਾਦ ਆ ਗਈਆਂ ਹੋਣਗੀਆਂ, ਹੈ ਨਾ ਮੈਮ ਨੂੰ ਦੇਖ ਕੇ। ਬਿਲਕੁਲ, ਕਹਿੰਦੇ ਬਹੁਤ ਪਿਆਰੇ ਗਾਣੇ ਗਾਉਂਦੇ। ਥੈਂਕ ਯੂ ਭੈਣ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇੱਕ ਬੋਲੀ ਸੁਣਾਵਾਂ? ਪਲੀਜ਼ ਸੁਣਾਓ ਜੀ, ਸੁਣਾਓ। ਹਾਂਜੀ ਜੀ, ਮੱਕੀ ਦੀ ਰੋਟੀ ਦੇ ਉੱਤੇ ਅੰਬ ਦੀਆਂ ਫਾੜੀਆਂ, ਮੱਕੀ ਦੀ ਰੋਟੀ ਦੇ ਉੱਤੇ ਅੰਬ ਦੀਆਂ ਫਾੜੀਆਂ, ਕਈਆਂ ਪਾਏ ਸੂਟ, ਕਈਆਂ ਲਾਗੇ ਆਈਆਂ ਸਾੜੀਆਂ, ਕਈਆਂ ਪਾਏ ਸੂਟ, ਕਈਆਂ ਲਾਗੇ ਆਈਆਂ ਸਾੜੀਆਂ, ਆਸ਼ਿਕੀ ਕਰਨ ਇਹ ਕੁੜੀਆਂ ਕੁਵਾਰੀਆਂ, ਸੋਰੇ ਕਰਨੀ ਜਾਣਾ ਜਿਨ੍ਹਾਂ ਤੇ ਕੇਲਾ ਯਾਰੀਆਂ, ਸੋਰੇ ਕਰਨੀ ਜਾਣਾ ਜਿਨ੍ਹਾਂ ਤੇ ਕੇਲਾ ਯਾਰੀਆਂ। ਵਾਹ ਜੀ ਵਾਹ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਸਾਡੇ ਕਾਲਰਸ ਜਿਹੜੇ ਨੇ ਹਮੇਸ਼ਾ ਹੀ ਇੰਤਜ਼ਾਰ ਕਰਦੇ ਨੇ ਤੁਹਾਨੂੰ ਦੇਖ ਕੇ, ਉਹਨਾਂ ਨੂੰ ਬੜੀਆਂ ਯਾਦਾਂ ਅੱਜ ਯਾਦ ਆਈਆਂ ਹੋਣਗੀਆਂ, ਕਿਉਂਕਿ ਕਿਤੇ ਨਾ ਕਿਤੇ ਕਲਚਰ ਦੇ ਨਾਲ ਜੁੜੇ ਰਹਿਣਾ, ਅਤੇ ਫਿਰ ਉਹ ਸਿੰਗਰ ਮੈਂ ਦੇਖਦੀ ਹੁੰਦੀ ਕਿ ਪੁਰਾਣੇ ਜਦੋਂ ਵੀ ਗਾਣੇ ਸੁਣਦੇ ਨਾ, ਮੈਂ ਵੀ ਸੁਣਿਆ ਬਚਪਨ ਦੇ, ਬੜਾ ਚੰਗਾ ਲੱਗਦਾ ਹੈ ਨਾ, ਛੋਟੇ ਹੁੰਦੇ ਸੁਣਦੇ ਹੁੰਦੇ ਸੀ। ਬਿਲਕੁਲ ਜੀ, ਸੋ ਮੈਮ ਹੁਣ ਨਾ ਮੇਰੇ ਕੋਲ ਇੱਕ ਗੇਮ ਹੈ ਤੁਹਾਡੇ ਲਈ, ਕਿਉਂਕਿ ਤੁਸੀਂ 20 ਸਾਲਾਂ ਤੋਂ ਹੈਗੇ ਹੋ ਇੰਡਸਟਰੀ ਦੇ ਵਿੱਚ, ਹੈ ਨਾ, ਇੰਨੇ ਗਾਣੇ ਗਾਏ ਨੇ, ਸੋ ਮੈਂ ਨਾ ਹੁਣ ਤੁਹਾਡੇ ਕੋਲੋਂ ਨਾ ਵਰਡਸ ਦੇਵਾਂਗੀ, ਤੇ ਦੇਖਦੇ ਆ ਫਿਰ ਤੁਸੀਂ ਇੱਕ ਮਿੰਟ ਵੀ ਇੱਕ ਸੈਕਿੰਡ ਚ ਗਾਣਾ ਪੁੱਛਣਾ ਉੱਤੇ। ਚਲੋ ਓਕੇ, ਠੀਕ ਹੈ ਠੀਕ, ਚਲੋ ਫਿਰ ਹੋ ਜਾਵੇ। ਪਹਿਲਾ ਹੋਏਗਾ ਜੀ ਜੱਟੀ। ਜੱਟੀ ਜੱਟੀ ਪੰਦਨਾ ਮਰਬੀਆਂ ਵਾਲੀ, ਜੱਟੀ ਪੰਦਨਾ ਮਰਬੀਆਂ ਵਾਲੀ, ਕਚਹਿਰੀਆਂ ਚ ਮਿਲ ਕੁਰਸੀ, ਕਚਹਿਰੀਆਂ ਚ ਮਿਲ ਕੁਰਸੀ, ਜੱਟੀ ਪੰਦਨਾ ਮਰਬੀਆਂ ਵਾਲੀ। ਵਾਹ ਜੀ ਵਾਹ, ਤੇ ਅਗਲਾ ਹੋਏਗਾ, ਹਾਂ ਵੈਸੇ ਸਾਉਣ ਦਾ ਮਹੀਨਾ ਤੇ ਮਿਠਾਈ ਨਾ ਹੋਵੇ, ਕਿੱਦਾਂ ਹੋਵੇਗਾ? ਲੱਡੂ। ਲੱਡੂ ਲੱਡੂ ਮੁੱਕ ਗਏ ਜਨਾਨੇ ਟੁੱਟ ਗਏ, ਲੱਡੂ ਮੁੱਕ ਗਏ ਜਨਾਨੇ ਟੁੱਟ ਕੇ, ਬਈ ਕੱਚੀ ਯਾਰੀ ਲੱਡੂਆਂ ਦੀ,
ਕੱਚੀਆਂ ਰੀ ਲੱਡੂਆਂ ਦੀ ਲੱਡੂ ਮੁੱਕ ਗਏ ਹੁਣ ਜੇ ਲੱਡੂ ਮੁੱਕ ਗਏ ਹੁਣ ਪਤਾਸੇ ਖਾ ਲਈਏ ਮੈਂ ਪਤਾਸੇ ਤੇ ਅੱਛਾ ਇਹ ਤਾਂ ਮੇਰਾ ਹੀ ਨਹੀਂ ਸੀਗਾ ਪਤਾਸੇ ਦਾ ਤਾਂ ਬਹੁਤ ਅੱਛਾ ਅੱਛਾ ਪਹਿਲਾਂ ਮੈਨੂੰ ਕਹਿੰਦਾ ਆਜਾ ਨੱਚ ਕੇ ਵਿਖਾਇਆ ਕਹਿੰਦਾ ਬੋਲੀਆਂ ਵੀ ਪਾ ਬੋਲੀ ਪਾ ਕੇ ਨੱਚਣ ਲੱਗੀ ਮੈਂ ਜਦ ਬੋਲੀ ਪਾ ਕੇ ਨੱਚਣ ਲੱਗੀ ਮੈਂ ਜਦ ਵੇਖ ਕੇ ਆਸੇ ਪਾਸੇ ਨੀ ਮੁੰਡਾ ਵਾਰ ਗਿਆ ਨੱਚਦੀ ਦੇ ਸਿਰੋਂ ਪਤਾਸੇ ਨੀ ਮੁੰਡਾ ਵਾਰ ਗਿਆ ਨੱਚਦੀ ਦੇ ਸਿਰੋਂ ਪਤਾਸੇ ਅੱਛਾ ਤੇ ਹੁਣ ਫਿਰ ਪਤਾਸਿਆਂ ਤੋਂ ਬਾਅਦ ਪੀਂਗ ਝੁੱਟਣ ਦਾ ਵੀ ਦਿਲ ਕਰ ਰਿਹਾ ਮੇਰਾ ਪੀਂਗ 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 ਹਾਂਜੀ ਇੱਕ ਗਾਣਾ ਮੈਂ ਗਾਇਆ ਸੀ ਹੱਥ ਚੋਂ ਰੱਸਾ ਤਿਲਕ ਗਿਆ ਵੇ ਪੈਰ ਪੀੜੀ ਚੋਂ ਤਿਲਕ ਗਿਆ ਵੇ ਜਦ ਮਾਰਿਆ ਤੂੰ ਲਲਕਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ ਕੋਈ ਵੈਦ ਬਲਾ ਦਿਲਦਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ ਕੋਈ ਵੈਦ ਬਲਾ ਦਿਲਦਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ ਅੱਛਾ ਜੀ ਹੁਣ ਪੀਂਗ ਵੀ ਹੋ ਗਈ ਪਤਾਸੇ ਖਾ ਲੇ ਲੱਡੂ ਖਾ ਲੇ ਹੁਣ ਅੱਛਾ ਚਲੋ ਅੱਜ ਜੋ ਸਪੈਸ਼ਲ ਦਿਨ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਤੀਆਂ 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 ਤੇ ਇੱਕ ਮੈਂ ਜੀ ਬੜਾ ਗੀਤ ਗਾਇਆ ਸੀ ਤੁਹਾਨੂੰ ਅੱਜ ਯਾਦ ਕਰਾਉਣੀ ਆ ਠੀਕ ਹੈ ਜੀ ਪਿੱਪਲੀ ਦੇ ਹੇਠਾਂ ਮੇਰਾ ਦਿਲ ਖੋ ਗਿਆ ਵੇ ਚੰਨਾ ਤੀਆਂ ਵਾਲੇ ਦਿਨ ਖੌਰੀ ਮੈਨੂੰ ਨੱਚਦੀ ਨੂੰ ਕੀ ਖੋ ਗਿਆ ਵੇ ਚੰਨਾ ਤੀਆਂ ਵਾਲੇ ਦਿਨ ਪਿੱਪਲੀ ਦੇ ਹੇਠਾਂ ਮੇਰਾ ਦਿਲ ਖੋ ਗਿਆ ਵੇ ਚੰਨਾ ਤੀਆਂ ਵਾਲੇ ਦਿਨ ਵਾਹ ਜੀ ਵਾਹ ਬਹੁਤ ਖੂਬ ਟੈਸਟ ਹੋ ਤੁਸੀਂ 1000 ਮਾਰਕਸ ਨੇ ਤੁਹਾਡੇ 100 ਦੇ ਵਿੱਚੋਂ ਇੱਕ ਸੈਕਿੰਡ ਵੀ ਨਹੀਂ ਲਗਾਇਆ ਤੁਸੀਂ ਤਾਂ ਨਾਲ ਦੀ ਨਾਲ ਹੀ ਬੁੱਝ ਲੈਣੇ ਗਾਣੇ ਵਾਹ ਮਜ਼ਾ ਆ ਗਿਆ ਸੋ ਫਿਲਹਾਲ ਤੇ ਗੇਮ ਤੇ ਨਾਲ ਦੀ ਨਾਲ ਤੁਸੀਂ ਇੰਨੇ ਵਧੀਆ ਵਧੀਆ ਗਾਣੇ ਸੁਣਾਤੇ ਆ ਤੇ ਵੈਸੇ ਸੋਹਣੇ ਤੇ ਗਾਣੇ ਯਾਦ ਆ ਗਏ ਬਿਲਕੁਲ ਜੀ ਅੱਛਾ ਮੈਮ ਇੱਕ ਸਵਾਲ ਹੈ ਕੁੜੀਆਂ ਦਾ ਇਹ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਵੀ ਆਪਣੀ ਬਿਊਟੀ ਨੂੰ ਇੰਨੇ ਟਾਈਮ ਤੋਂ ਲੱਗਾ ਹੁਣ ਤੱਕ ਕਿੱਦਾਂ ਮੇਨਟੇਨ ਕਰਕੇ ਰੱਖਿਆ ਫਰਕ ਹੀ ਨਹੀਂ ਆਇਆ ਤੁਹਾਡੇ 'ਚ ਥੈਂਕ ਯੂ ਪਹਿਲਾਂ ਤਾਂ ਜੀ ਤੁਸੀਂ ਇਹ ਮੈਨੂੰ ਕੰਪਲੀਮੈਂਟ ਦਿੱਤਾ ਮੈਨੂੰ ਇਹ ਲੱਗਦਾ ਹੁੰਦਾ ਰਾਜੇ ਕਿ ਇੰਨਾ ਪਿਆਰ ਮਿਲਿਆ ਪੰਜਾਬੀਆਂ ਤੋਂ ਇਹ ਫਿਰ ਜ਼ਰੂਰ ਹੈ ਜਦੋਂ ਤੁਹਾਨੂੰ ਇੰਨਾ ਰਜਵਾਂ ਪਿਆਰ ਮਿਲਦਾ ਨਾ ਤੁਹਾਡੇ ਪਰਿਵਾਰ ਤੋਂ ਔਰ ਤੁਹਾਡੀ ਆਡੀਅੰਸ ਤੋਂ ਔਰ ਪਰਮਾਤਮਾ ਦੀ ਕਿਰਪਾ ਬਿਲਕੁਲ ਜੀ ਬਿਲਕੁਲ ਸੋ ਇੱਕ ਕਹਿੰਦੇ ਹੁੰਦੇ ਨਾ ਵੀ ਪਿਆਰ ਦੇ ਨਾਲ ਆਪਣੇ ਆਪ ਹੀ ਸਰੂਰ ਆ ਜਾਂਦਾ ਚਿਹਰੇ ਤੇ ਜਿਹੜੀ ਸਮਾਈਲ ਖੁਸ਼ੀ ਤੁਸੀਂ ਪ੍ਰੀਤ ਸੱਚ ਜਾਣਿਓ ਹੁਣੇ ਮੈਂ ਰੀਸੈਂਟਲੀ ਗਈ ਸੀ ਆਸਟ੍ਰੇਲੀਆ ਔਰ ਉੱਥੇ ਕਈ ਤਾਂ ਛੋਟੀਆਂ ਬੱਚੀਆਂ ਔਰ ਤੁਸੀਂ ਮੰਨੋ ਕਿ ਮੈਂ 17 ਸਾਲ ਬਾਅਦ ਉੱਥੇ ਗਾਇਆ ਅੱਛਾ 17 ਸਾਲ ਪਹਿਲਾਂ ਉਹ ਇੱਕ ਬੱਚੀ ਨੇ ਮੈਨੂੰ ਫੋਟੋ ਭੇਜੀ ਹੈ ਕਿ ਉਦੋਂ ਵੀ ਉਹਨੇ ਮੈਨੂੰ ਛੋਟੀ ਜੀ ਨੇ ਜੱਫੀ ਪਾ ਕੇ ਫੋਟੋ ਕਰਾਈ ਸੀ ਔਰ ਹੁਣ ਉਹ ਯੰਗ ਸੀ ਸੋ ਮੈਨੂੰ ਕਹਿ ਰਹੀ ਸੀਗੀ ਵੀ ਬਸ ਮੈਂ ਮਿਲਣਾ ਤੁਹਾਨੂੰ ਘੁੱਟ ਕੇ ਮਿਲਣਾ ਸੋ ਇਹ ਜਿਹੜਾ ਪਿਆਰ ਉੱਥੇ ਸ਼ੋਅ ਵੀ ਸੋਲਡ ਆਊਟ ਔਰ ਮੈਨੂੰ ਲੱਗ ਰਿਹਾ ਸੀ ਹੁਣ ਤਾਂ ਮੇਰੀਆਂ ਬੱਚੀਆਂ ਮੈਨੂੰ ਉਹਨਾਂ ਨੂੰ ਲੱਗਣਾ ਹੋਣਾ ਦੀਦੀ ਪਤਾ ਨਹੀਂ ਕਿੱਥੇ ਹੈ ਸੋ ਬਟ ਮੈਨੂੰ ਇੰਨਾ ਅੱਛਾ ਲੱਗਿਆ ਇੰਨਾ ਪਿਆਰ ਦਿੱਤਾ ਹੈ ਔਰ ਮੈਂ ਇਹ ਜਿਹੜਾ ਕਰਜ਼ ਹੈ ਨਾ ਇਸ ਜੀਵਨ 'ਚ ਉਤਾਰਨਾ ਚਾਹੁੰਦੀ ਹਾਂ ਸੱਚੀ ਉਤਾਰਨਾ ਚਾਹੁੰਦੀ ਹਾਂ ਕਿ ਜਿੰਨਾ ਪਿਆਰ ਮੇਰੀ ਕੌਮ ਨੇ ਪੰਜਾਬੀਆਂ ਨੇ ਮੈਨੂੰ ਦਿੱਤਾ ਹੈ ਸੋ ਪਰਮਾਤਮਾ ਮੇਰੇ 'ਤੇ ਇੰਨਾ ਆਸ਼ੀਰਵਾਦ ਬਣਾਏ ਕਿ ਮੈਂ ਦੁੱਗਣਾ ਕਰਕੇ ਜਿਵੇਂ ਕਹਿੰਦੇ ਆ ਨਾ ਉਹ ਦੇ ਸਕਦੇ ਤੁਸੀਂ ਇੰਨੇ ਸੋਹਣੇ ਸੋਹਣੇ ਗਾਣੇ ਗਾਉਂਦੇ ਰਹੋ ਗਾਇਆ ਬਿਲਕੁਲ ਨਾ ਹੋ ਸਭ ਦੇ ਸਾਹਮਣੇ ਰਹੋ ਇਹੀ ਤੁਸੀਂ ਮੋੜੋਗੇ ਮੇਰੇ ਖਿਆਲ ਦੇ ਵਿੱਚ ਇਹੀ ਹੁਣ ਮੈਂ ਥੋੜਾ ਵਧਾ ਵੀ ਦਿੱਤਾ ਜੀ ਬਿਕੋਜ਼ ਚਲੋ ਥੋੜਾ ਪਾਰਟਸ ਹੁੰਦੇ ਆ ਲਾਈਫ 'ਚ ਫੈਮਿਲੀ ਬਿਲਕੁਲ ਔਰ ਮੇਰਾ ਬੇਟਾ ਜਿਵੇਂ ਛੋਟਾ ਸੀ ਸੋ ਇਸ ਕਰਕੇ ਬਟ ਮੈਂ ਗਾਏ ਬਿਨਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਰਹਿ ਨਹੀਂ ਸਕਦੀ ਸੋ ਹੁਣ ਕੰਟੀਨਿਊਟੀ ਜ਼ਿਆਦਾ ਮਤਲਬ ਮੈਂ ਵੀ ਗਾਣਾ ਗਾਇਆ ਸੀ ਮੈਂ ਨੀ ਮੰਗਣਾ ਕਰਾਉਣਾ ਤੇ ਨਾ ਵਿਆਹ ਕੁੜੀ ਸੋ ਸਾਰਿਆਂ ਨੇ ਉਹ ਗਾਣਾ ਵੀ ਹਿੱਟ ਹੋ ਗਿਆ ਸੀ ਕੁੜੀਆਂ ਦੀ ਸੋਚ ਹੀ ਏਦਾਂ ਨਹੀਂ ਵਿਆਹ ਨੀ ਕਰਾਉਣਾ ਵਿਆਹ ਕਰਾ ਕੇ ਜ਼ਿੰਦਗੀ ਖਤਮ ਹੈ ਨਹੀਂ ਬਸ ਇੱਕ ਟਾਈਮ ਆਇਆ ਕਿ ਉਦੋਂ ਲੱਗਦਾ ਸੀਗਾ ਕਿ ਨਹੀਂ ਕਿਉਂਕਿ ਸਾਥੀ ਹੋਣਾ ਬਹੁਤ ਜ਼ਰੂਰੀ ਹੈ ਫੈਮਿਲੀ ਹੋਣੀ ਬਹੁਤ ਜ਼ਰੂਰੀ ਹੈ ਸੋ ਜਦੋਂ ਕੋਈ ਅੱਛਾ ਇਨਸਾਨ ਤੁਹਾਡੀ ਜ਼ਿੰਦਗੀ 'ਚ ਆ ਜਾਂਦਾ ਹੈ ਸੋ ਇਹ ਪਰਮਾਤਮਾ ਦੀ ਮੈਂ ਕਹਿੰਦੀ ਹਾਂ ਮੇਰੇ 'ਤੇ ਬਹੁਤ ਵੱਡੀ ਕਿਰਪਾ ਰਹੀ ਕਿ ਇੰਨੇ ਪਿਆਰੇ ਇਨਸਾਨ ਉਹਨਾਂ ਨੇ ਮੇਰੀ ਲਾਈਫ 'ਚ ਭੇਜਿਆ ਕਿ ਮੈਂ ਉਹਦਾ ਧੰਨਵਾਦ ਕਰਦੀ ਰਹਿੰਦੀ ਹਾਂ ਪਰਮਾਤਮਾ ਦਾ ਔਰ ਕੋਈ ਚੇਂਜ ਨਹੀਂ ਆਈ ਬਾਕੀ
ਪਹਿਲਾਂ ਵੀ ਆਪਾਂ ਗੱਲਾਂ ਕਰ ਰਹੇ ਸੀ ਕਿ ਜੋ ਤੁਸੀਂ ਫੈਮਿਲੀ ਨੂੰ ਨਾਲ ਲੈ ਕੇ ਚੱਲਦੇ ਹੋ, ਬਿਲਕੁਲ, ਚਾਹੇ ਤੁਸੀਂ ਆਪਣੀ ਪਹਿਲੀ ਫੈਮਿਲੀ ਚੋਂ ਚਾਹੇ ਦੂਸਰੀ ਚੋਂ ਵਿਆਹ ਕੇ ਆਉਂਦੇ ਹੋ, ਸੋ ਜੇ ਪਰਿਵਾਰ ਨੂੰ ਨਾਲ ਲੈ ਕੇ ਹਰ ਫੈਸਲਾ ਤੁਸੀਂ ਲੈਂਦੇ ਹੋ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਔਰ ਤੁਸੀਂ ਜੋ ਮਰਜ਼ੀ ਕੰਮ ਆਪਣਾ ਤੁਸੀਂ ਸ਼ੌਕ ਪੂਰਾ ਕਰ ਸਕਦੇ ਹੋ, ਜੋ ਮੈਨੂੰ ਲੱਗਦਾ ਫੈਮਿਲੀ ਦੀ ਸਪੋਰਟ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਨਾ, ਵੀ ਚਾਹੇ ਵਿਆਹ ਤੋਂ ਬਾਅਦ ਵੀ ਵੈਸੇ ਬੰਦਾ ਡਿਪਰੈਸ ਹੋ ਜਾਂਦਾ ਉਹਨੂੰ ਜੇ ਬਿਨਾਂ ਪਰਿਵਾਰ ਤੋਂ ਤੁਹਾਨੂੰ ਲੱਗਦਾ ਕੋਈ ਘਰ ਦਾ ਨਾਰਾਜ਼ ਹੈ ਔਰ ਤੁਸੀਂ, ਸੋ ਇੱਦਾਂ ਮੈਨੂੰ ਲੱਗਦਾ ਕਿ ਆਪਾਂ ਪੰਜਾਬੀ ਕੁੜੀਆਂ ਇੱਦਾਂ ਨਹੀਂ ਕਰ ਸਕਦੀਆਂ, ਬਿਲਕੁਲ ਬਿਲਕੁਲ ਜੀ, ਸੋ ਫੈਮਿਲੀ ਜਿਹੜੀ ਆ ਸਭ ਤੋਂ ਵੱਧ ਮੈਟਰ ਕਰਦੀ ਆ, ਫਿਲਹਾਲ ਬ੍ਰੇਕ ਮੈਟਰ ਨਹੀਂ ਕਰਦੀ ਪਰ ਸਾਡੀ ਮਜਬੂਰੀ ਸਾਨੂੰ ਲੈਣੀ ਪੈਂਦੀ ਹੈ, ਸੋ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਛੇਤੀ ਛੇਤੀ ਵਾਪਸ ਆਉਂਦੇ ਹਾਂ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ, ਅੱਜ ਤਾਂ ਇੱਦਾਂ ਸੈਗਮੈਂਟ ਖਤਮ ਹੋ ਰਹੇ ਨੇ ਪਤਾ ਹੀ ਨਹੀਂ ਲੱਗ ਰਿਹਾ, ਸੋ ਆਪਾਂ ਕਾਲਰ ਬੜੇ ਵੇਟ ਕਰ ਰਹੇ ਨੇ, ਫਿਲਹਾਲ ਇੱਕ ਕਾਲਰ ਲੈ ਲੈਣੇ ਹਾਂ ਜੀ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਿੱਟੀ ਜੀ, ਸਤਿ ਸ਼੍ਰੀ ਅਕਾਲ, ਮੈਂ ਕਸ਼ਮੀਰ ਬੋਲ ਰਹੀ ਹਾਂ ਸਿਆਟਲ ਤੋਂ। ਸਤਿ ਸ਼੍ਰੀ ਅਕਾਲ ਭੈਣ ਜੀ, ਠੀਕ ਹੋ ਤੁਸੀਂ? ਸਤਿ ਸ਼੍ਰੀ ਅਕਾਲ, ਬੜੀ ਦੇਰ ਬਾਅਦ ਆਪਣੀ ਗੱਲ ਹੋਈ, ਤੁਹਾਨੂੰ ਯਾਦ ਹੈ ਤੁਸੀਂ ਰਾਤ ਰਹੇ ਸੀ ਸਾਡੇ ਕੋਲ? ਹਾਂਜੀ ਬਿਲਕੁਲ ਜੀ, ਬਿਲਕੁਲ ਯਾਦ ਹੈ। ਬਹੁਤ ਬਹੁਤ ਮੁਬਾਰਕਾਂ ਬੇਟੇ ਦੀਆਂ, ਤੇ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਾ ਅੱਜ। ਥੈਂਕ ਯੂ ਭੈਣ ਜੀ, ਦੇਖੋ ਤੁਹਾਡਾ ਦਿੱਤਾ ਪਿਆਰ, ਜ਼ਿੰਦਗੀ ਚੱਲ ਰਹੀ ਹੈ, ਤੁਹਾਨੂੰ ਵਾਹਿਗੁਰੂ ਦੀ ਕਿਰਪਾ ਚਾਹੀਦੀ, ਪਰ ਜਦੋਂ ਮੈਂ ਬੇਟੇ ਦਾ ਮੈਨੂੰ ਪਤਾ ਲੱਗਾ ਬਹੁਤ ਸਾਨੂੰ ਖੁਸ਼ੀ ਹੋਈ, ਤੇ ਕੁਦਰਤੀ ਤੌਰ ਤੇ ਕਾਫੀ ਦੇਰ ਹੋ ਗਈ ਆਪਣੀ ਗੱਲ ਨਹੀਂ ਹੋਈ, ਹੈ ਨਾ ਜੀ ਭੈਣ ਜੀ? ਜੀ ਭੈਣ ਜੀ, ਤੁਸੀਂ ਮੈਨੂੰ ਭੁੱਲ ਗਏ, ਦੇਖੋ ਮੈਂ ਅੱਜ ਸਾਰਿਆਂ ਨੂੰ ਯਾਦ ਕਰਾਤਾ। ਹਾਂਜੀ ਸਭ ਠੀਕ ਹੈ, ਕਿ ਵੀ ਮੈਂ ਹੈਗੀ ਆ, ਹਲੇ ਬਿੱਟੀ ਦੁਨੀਆ ਚ ਹੀ ਹੈ, ਜੁਗ ਜੁਗ ਜੀਓ, ਸਦਾ ਹੀ ਇੱਦਾਂ ਹੀ ਰਹੋ, ਸਾਨੂੰ ਤਾਂ ਇੱਦਾਂ ਚੰਗਾ ਲੱਗਦਾ ਹੈ। ਥੈਂਕ ਯੂ ਭੈਣ ਜੀ, ਤੁਸੀਂ ਵੀ ਆਪਣਾ ਧਿਆਨ ਰੱਖੋ ਔਰ ਪਲੀਜ਼ ਜ਼ਰੂਰ ਮਿਲਿਓ ਜੀ। ਹਾਂਜੀ ਜ਼ਰੂਰ, ਥੈਂਕ ਯੂ, ਓਕੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇੱਕ ਕਾਲਰ ਹੋਰ ਲੈ ਲੈਣੇ ਆ ਜੀ, ਥੋੜੀ ਥੋੜੀ ਗੱਲ ਕਰ ਲੈਣੇ ਆ ਸਾਰਿਆਂ ਦੇ ਨਾਲ, ਕਿਉਂਕਿ ਸਭ ਇੰਤਜ਼ਾਰ ਕਰ ਰਹੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਤਿੰਦਰ ਜੀ, ਸਤਿ ਸ਼੍ਰੀ ਅਕਾਲ, ਯੂ ਆਰ ਅ ਵਰਸਟਾਈਲ ਸਿੰਗਰ ਐਂਡ ਐਕਟਰ, ਲਾਈਕ ਯੂ ਵੈਰੀ ਮੱਚ, ਥੈਂਕ ਯੂ ਸੋ ਮੱਚ ਭੈਣ ਜੀ, ਤੁਹਾਡਾ ਪਿਆਰ ਤੁਹਾਡਾ ਮੇਰੀ ਉੱਤੇ ਹੈ। ਤੁਸੀਂ ਹੁਣ ਕਿਹਾ ਸੀ, ਇਹਨਾਂ ਨੇ ਕੁਐਸਚਨ ਕੀਤਾ ਸੀ ਕਿ ਤੁਸੀਂ ਉਹ ਚੇਂਜ ਨਹੀਂ ਹੋਏ, ਜਬ ਤੁਮ ਹਮੇ ਆਪਣਾ ਕਹਿਤੇ ਹੋ ਚਿਹਰੇ ਪੇ ਜ਼ਰੂਰ ਆ ਜਾਤਾ ਹੈ, ਦੇਖੋ ਇਹ ਹੈ ਖੂਬਸੂਰਤੀ ਦਾ ਰਾਜ਼, ਸਹੀ ਗੱਲ ਹੈ, ਪਿਆਰ ਕਰਦੇ ਆ ਔਰ ਆਪਣਾ ਕਹਿੰਦੇ ਆ, ਹਾਂ ਬਿਲਕੁਲ ਜੀ, ਉਹਦਾ ਆਨੰਦ ਹੀ ਵੱਖਰਾ ਜੀ, ਹਾਂਜੀ ਉਹਦਾ ਆਨੰਦ ਹੀ। ਤੇ ਤੁਹਾਡਾ ਇੱਕ ਸੌਂਗ ਮੈਨੂੰ ਬਹੁਤ ਪਸੰਦ ਹੈ, ਹਾਂਜੀ, ਤੇ ਉਹ ਹੈ ਕਿ ਇੱਕ ਇੱਕ ਕਰਕੇ ਇੱਕ ਇੱਕ ਕਰਕੇ 30 ਦਿਨ ਹੋ ਗਏ, ਪੂਰਾ ਇੱਕ ਮਹੀਨਾ ਮੇਰੇ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਜੀਨਾ, ਗੁਟਕੂ ਕਹੇ ਕਬੂਤਰ ਜੀਨਾ ਮੇਰੇ ਦਿਲ ਦੀ, ਤੁਸੀਂ ਲਾਈਨਾਂ ਜ਼ਰਾ ਦਰਾ ਦਿਓ, ਮੇਰੇ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਚੀਨਾ, ਨੀ ਗੁਟਕੂ ਕਹੇ ਕਬੂਤਰ ਚੀਨਾ ਮੇਰੇ ਦਿਲ ਦੀ। ਥੈਂਕ ਯੂ ਭੈਣ ਜੀ, ਤੁਸੀਂ ਮੇਰਾ ਗਾਣਾ ਯਾਦ ਕਰਾਇਆ, ਬਿਲਕੁਲ ਜੀ ਬਿਲਕੁਲ। ਹੈਲੋ ਹੈਲੋ, ਹਾਂ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਥੈਂਕ ਯੂ ਆਂਟੀ ਜੀ, ਥੈਂਕ ਯੂ ਸੋ ਮਚ। ਮੈਂ ਨਾ ਆਵਾਜ਼ ਥੋੜੀ ਕਰ ਰਹਾ ਹਾਂ, ਹਾਂਜੀ, ਤੇ ਮੈਂ ਕਿਚਨ 'ਚ ਖੜੀ ਹਾਂ, ਪਰੌਂਠੇ ਬਣਾਉਣੇ ਆ, ਦਹੀਂ ਬਣਿਆ ਖਾ ਲਓ, ਤੁਸੀਂ ਭੇਜ ਦਿਓ ਫੋਨ ਦੇ ਵਿੱਚ। ਬਿੱਟੀ ਹਾਂਜੀ, ਮੈਂ ਤੈਨੂੰ ਪਟਿਆਲੇ ਵੇਖਦੀ ਸੀ, ਮੇਰਾ ਬੇਟਾ ਤੁਸੀਂ ਇੱਕ ਕਾਲਜ ਪੜ੍ਹਦੇ ਸੀ, ਓ ਮੇਰੇ ਬੇਟੇ ਨੇ ਵੇਖ ਲਿਆ, ਤੈਨੂੰ ਵੇਖ ਲਿਆ, ਪਛਾਣ ਲਿਆ, ਹਾਂਜੀ ਮੈਂ ਹਾਕੀ ਖੇਡਦੀ ਸੀ ਜੀ, ਹਾਕੀ ਮੇਰਾ ਬੇਟਾ ਵੀ, ਹਾਕੀ ਮੇਰੇ ਨਾਲ ਦਾ ਲੜਕਾ ਸੀ ਉੱਥੇ, ਜਿੰਦਰ ਉਹ ਜੀ, ਕਈ ਵਾਰੀ ਤੁਸੀਂ ਯਾਦ ਕਰਦੇ ਨੇ ਮੁੰਡੇ ਨਾ ਜੀ ਜੀ, ਉਹ ਨਾ ਤੁਸੀਂ ਯੰਗ ਬੱਚੇ ਸੀ, ਜਿਵੇਂ ਇੱਕ ਤਰ੍ਹਾਂ ਪੰਡਤਾਂ ਉਸ ਤਰ੍ਹਾਂ ਕੁਆਰੇ ਸਾਰੇ ਇੱਕੋ ਜਿਹੇ, ਹਾਂਜੀ ਹਾਂਜੀ ਜੀ, ਤੇ ਮੇਰੇ ਬੇਟੇ ਨੇ ਤੈਨੂੰ ਪਛਾਣ ਲਿਆ, ਮੈਂ ਗੱਲ ਕਰਾਉਂਦੀ ਹੁਣ ਤੁਹਾਡੇ ਬਾਹਰ ਨਹੀਂ ਗਿਆ, ਵਾਕ ਕਰਨ ਗਿਆ ਹੈ ਹੁਣ, ਇਹ ਥੈਂਕ ਯੂ ਸਾਰਿਆਂ ਨੂੰ ਮੇਰਾ ਪਿਆਰ ਸਤਿਕਾਰ ਦੇਣਾ ਜੀ, ਮਾਹੌਲ ਕਿੰਨਾ ਬਦਲ ਜਾਂਦਾ ਹੈ, ਵਿਆਹ ਹੋ ਗਿਆ, ਬੱਚੇ ਹੋ ਗਏ, ਫਿਰ ਉਹ ਜਿਹੜਾ ਥੋੜਾ ਤੇਜ਼ ਸੀ ਉਹ ਵੀ ਥੋੜਾ ਜਿਹਾ ਰੌਂਗ,
ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਛਾ ਜੀ, ਟਾਈਮ ਦੇ ਨਾਲ ਨਾਲ ਥੋੜਾ ਫਰਕ ਪੈ ਹੀ ਜਾਂਦਾ ਆਂਟੀ ਜੀ, ਹਨਾ? ਤੇ ਬਿਲਕੁਲ ਜੀ, ਚਲੋ ਥੈਂਕ ਯੂ ਸੋ ਮਚ ਆਂਟੀ ਜੀ, ਥੈਂਕ ਯੂ ਜੀ। ਸੋ ਫਿਲਹਾਲ ਅਗਲੇ ਕਾਲਰ ਲੈ ਲੈਣੇ ਆ, ਛੇਤੀ ਛੇਤੀ ਸਾਨੂੰ ਕਰਨਾ ਪੈਣਾ, ਸੈਗਮੈਂਟ ਲਾਸਟ ਹੈ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਾਲ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭੈਣਾਂ ਨੂੰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ, ਬਹੁਤ ਵਧੀਆ ਲੱਗਦੀ ਹੈ। ਅੱਜ ਮੇਰਾ ਦਿਲ ਖੁਸ਼ ਹੋ ਗਿਆ ਤੁਹਾਡੇ ਸੂਟ ਵੇਖ ਕੇ। ਥੈਂਕ ਯੂ, ਠੀਕ ਹੈ ਜੀ, ਥੈਂਕ ਯੂ ਸੋ ਮਚ। ਮੈਂ ਕਿਹਾ ਸੀ ਨਾ ਕੱਲ ਤੁਸੀਂ ਸੂਟ ਦੀ ਤਾਰੀਫ ਕੀਤੀ ਸੀ ਕਿ ਕੱਲ ਨੂੰ ਵੀ ਪਾ ਕੇ ਆਉਂਗੇ। ਹਾਂਜੀ ਹਾਂਜੀ, ਮੈਂ ਕਿਹਾ ਸੋਹਣੇ ਜਿਹਾ ਸੂਟ ਪਾ ਕੇ ਸੋਹਣੀ ਲੱਗਣੀ, ਅੱਜ ਐਨ ਵਧੀਆ, ਦੁਪਹਿਰ ਖਿੜੀ ਛੱਡ ਕੇ ਸ਼ਾਵਲਾ ਵੀ ਖਿੜ ਗਿਆ ਸਾਰਾ। ਚਲੋ ਥੈਂਕ ਯੂ ਜੀ, ਸੋ ਅੱਜ ਮੈਮ ਆਏ ਨੇ ਤੇ ਸਪੈਸ਼ਲੀ, ਹੁਣ ਤਾਂ ਪੂਰਾ ਦਿਨ ਤੁਹਾਡਾ ਖਿੜ ਗਿਆ ਹੋਏਗਾ। ਨਹੀਂ ਨਹੀਂ, ਖਿੜ ਗਿਆ ਖਿੜ ਗਿਆ, ਮੈਡਮ ਨੂੰ ਵੇਖ ਕੇ ਬਹੁਤ ਦਿਲ ਖੁਸ਼ ਹੋਇਆ। ਤੁਹਾਡੇ ਕੋਲੋਂ ਤਾਂ ਸੁਣ ਲਈਆਂ, ਪਰ ਉਹ ਵੀ ਬੜੀਆਂ ਪਸੰਦ ਨੇ, ਉਹ ਵੀ ਆਪਾਂ ਸੁਣਾਵਾਂਗੇ, ਪਰ ਪਹਿਲਾਂ ਜਾਂਦੇ ਜਾਂਦੇ ਨਾ ਪ੍ਰੋਜੈਕਟ, ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸ ਦੋ। ਬੜੇ ਗੀਤ ਬਣਾਏ ਨੇ, ਸੋ ਉਹ ਸਸਪੈਂਸ ਹੈ ਕਿ ਮੈਂ ਉਹਦੀ ਵੈਡਿੰਗ ਤਾਂ ਨਹੀਂ ਦੱਸੂਗੀ, ਬਟ ਇੱਕ ਮੇਰੀ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਗੀਤ ਚਾਹੁੰਦੀ ਹਾਂ, ਜੇ ਪਰਮਾਤਮਾ ਦੀ ਕਿਰਪਾ ਹੋਈ ਉਹ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆ ਰਹੀ ਹਾਂ। ਔਰ ਇੱਕ ਨੂੰ ਸੱਸ ਦਾ ਬੜਾ ਪਿਆਰਾ ਗਾਣਾ ਹੈ, ਔਰ ਇੱਕ ਯੰਗ ਕੁੜੀਆਂ ਲਈ ਬਹੁਤ ਅੱਛਾ ਗਾਣਾ ਹੈ, ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਲਦੀ ਜਲਦੀ ਤੁਹਾਡੇ ਲਈ। ਬਿਲਕੁਲ ਜੀ, ਅਸੀਂ ਵੀ ਵੇਟ ਕਰਦੇ ਹਾਂ ਵੀ ਜਲਦੀ ਜਲਦੀ ਤੁਸੀਂ ਉਹ ਲੈ ਕੇ ਆਓ। ਅਤੇ ਹੁਣ ਆਪਾਂ ਲਾਸਟ ਦੇ ਵਿੱਚ ਜੀ ਬੋਲੀਆਂ ਸੁਣਾਵਾਂਗੇ, ਅਤੇ ਫਿਲਹਾਲ ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਵੀ ਗੱਲ ਕਰਕੇ, ਸੱਚੀ ਬਹੁਤ ਚੰਗਾ ਲੱਗਿਆ, ਇੰਨੀ ਪਿਆਰੀ ਪੰਜਾਬਣ, ਸੋ ਥੈਂਕ ਯੂ ਸੋ ਮਚ। ਔਰ ਸਾਰੀ ਟੀਮ ਦਾ, ਜਸ ਪੰਜਾਬੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਮੈਨੂੰ ਮੇਰੇ ਪਿਆਰੇ ਸਰੋਤਿਆਂ ਨਾਲ ਮਿਲਾਇਆ। ਬਿਲਕੁਲ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ। ਸੋ ਜੀ ਬੋਲੀਆਂ ਪਲੇਅ ਕਰਾਂਗੇ, ਅਤੇ ਪਹਿਲਾਂ ਮੈਂ ਦੱਸ ਦਿੰਦੀ ਹਾਂ ਜੀ, ਡਾਕਟਰ ਨਵਦੀਪ ਸ਼ਰਮਾ ਜੀ ਦਾ ਸ਼ੋਅ ਜ਼ਰੂਰ ਦੇਖਣਾ ਜੀ, ਹੁਣ ਤੁਰੰਤ ਬਾਅਦ ਆ ਜਾਏਗਾ, ਜਿੱਦਾਂ ਹੀ ਤੁਸੀਂ ਮੈਮ ਦੀਆਂ ਬੋਲੀਆਂ ਸੁਣੋਗੇ ਉਸ ਤੋਂ ਬਾਅਦ ਤੁਸੀਂ ਡਾਕਟਰ ਨਵਦੀਪ ਸ਼ਰਮਾ ਜੀ ਮੇਰੇ ਨਾਲ ਹੋਣਗੇ, ਉਹਨਾਂ ਦਾ ਸ਼ੋਅ ਦੇਖ ਸਕਦੇ ਹੈਗੇ ਹੋ। ਅਤੇ ਨਾਲ ਦੀ ਨਾਲ 14 ਅਤੇ 15 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਗੇ, 17 ਅਤੇ 18 ਨੂੰ ਕੈਲੀਫੋਰਨੀਆ ਦੇ ਵਿੱਚ ਅਪੁਆਇੰਟਮੈਂਟ ਫਿਕਸ ਕਰਾਉਣੀ ਹੈ, ਜਿਹੜੇ ਨੰਬਰ ਫਲੈਸ਼ ਹੋਣਗੇ ਉਹਨਾਂ ਤੋਂ ਕਰਾ ਲਿਓ ਜੀ। ਸੋ ਥੈਂਕ ਯੂ ਸੋ ਮੱਚ ਜੀ, ਇੱਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਤੀਆਂ ਮਨਾਉਂਦੇ ਰਹੋ, ਅਤੇ ਹੁਣ ਬੋਲੀਆਂ ਪਲੇ ਹੋ ਰਹੀਆਂ ਨੇ, ਤੁਸੀਂ ਉਹਨਾਂ ਨੂੰ ਸੁਣੋ, ਇੰਜੋਏ ਕਰੋ, ਨੱਚੋ ਗਾਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।